ਮੁਬਾਰਕਪੁਰ ਹਜੇ ਪਹੁੰਚੇ ਸੀਗੇ ਕਿ ਚਿੰਤਪੁਰਨੀ ਮਾਤਾ ਜੀ ਦੇ ਦਰਸ਼ਨ ਹੋ ਗਏ ਸਾਨੂੰ ਮੁਬਾਰਕਪੁਰ ਤੋਂ ਹੀ। ਕਿੰਨੀ ਵੱਡੀ ਸਕਰੀਨ ਲੱਗੀ ਹੋਈ ਆ, ਤਰੀਕੇ ਦੇ ਨਾਲ ਅਸੀਂ ਲੱਗ ਰਿਹਾ ਆ, ਆਰਤੀ ਵੀ ਹੋ ਰਹੀ ਆ ਜੀ। आरती हो रही है, बस स्टैंड के स्क्रीन लगी हुई है जी। हाय, कैसे हो? मैं आपके मां का व्लॉग देखती हूं। थैंक यू। अजी तो हुण असीं गगरेट पहुंचने वाले आ जी, देखते हैं साडा सफर कितने तक होंदा। कोशिश करते हैं चिंतपुर्णी माता मंदिर तक पहुंचने की। हाँ जी, तो असी हुण हैगे जी चौहाल रोड से, और रस्ते दे विच जांदे जांदे देखो बहुत ही सारे जगह पर झंडे लगे हुए आ। यात्री जिहड़े आ रस्ते दे विच झंडे अपनी बाइक ते गड्डियां ते लगा के लैके जांदे आ। ते अज हैगी है जी 4 तरीक, और कल तो जिहड़े कि नवरात्रे शुरू हो जाने आ, ते उस दिन तो काफ़ी रौनक देखण नूं मिलनी आ, पर अज ही देखो बहुत रौनक हैगी आ। और लंगर भंडारे जिहड़े कि चौहाल तो ही शुरू हो गए आ, और एक दो दिन तो जिहड़े लंगर भंडारे सारे हुशियारपुर तो ही शुरू हो जाने आ, फिर हुशियारपुर तो लैके जिहड़ा चिंतपुर्णी तक तुहानू इदां ही रौनकां इदां ही यात्री देखण नूं मिलणे आ। ते अज असी भी देखदे आ अगे कित्थे तक साडा सफर हुंदा आ। हुण असी पहुंच चुके आ जी हिल गार्डन दे कोल। हिल गार्डन दे कोल देखो जी बहुत ही ज़्यादा रौनक लगी हुई है, रश भी बहुत ज़्यादा देखने को मिल रहा है।
है शान मैया तेरी, चरणों में झुके डीजे तेरे पर्वत पे लगे एक्सक्लूसिव। जैसे धारा और नदियाँ, जैसे फूल और बगिया, मेरे इतना ज्यादा पास है तू। चिंतपुर्णी माता जी के चारों पास चार महारुद्र का वास हैगा, उन्हां विचों एक है शिवबड़ी, जिहदा जिन्हां बारे सारी जानकारी दित्ती हुई है। रस्ते दे विच बोर्ड लग्या होया और चिंतपुर्णी माता जांदे होए लैफ्ट साइड ते रस्ता जांदा, अगे जाके असीं तुहानूं इह रस्ता दिखा भी देवांगे। एक गगरेट क्रॉस करन तो बाद रस्ता आता है। Thank you.
ਦੇ ਹਨੂਮਾਨ ਇੱਛਾ ਪੂਰਨ ਹਨੂਮਾਨ ਮੰਦਰ ਸੀਗਾ ਜੀ ਇਹ। ਇੱਥੇ ਦੱਸਿਆ ਗਿਆ ਵੀ 2014 ਤੋਂ ਫ੍ਰੀ ਲੰਗਰ ਚੱਲ ਰਿਹਾ ਅਤੇ ਮੈਡੀਕਲ ਦੀ ਜਿਹੜੀ ਸੁਵਿਧਾ ਉਹ ਵੀ ਦਿੱਤੀ ਜਾ ਰਹੀ ਆ ਜਿਹਦੇ ਹੁਣੇ ਤੁਹਾਨੂੰ ਵੀ ਦਰਸ਼ਨ ਕਰਾਏ ਆ। ਬੜੀ ਹਰਿਆਲੀ ਹੈ ਦੇਖੀ, ਪਾਰਕ ਵੀ ਬਣ ਗਈ ਹੈ ਬੱਸ ਸਟੈਂਡ ਦੇ ਵਿੱਚ ਨਿੱਕੀ। ਗਾਇਸ ਇੱਕ ਗ੍ਰੇਟ ਦੀ ਮਾਰਕੀਟ ਹੈ, ਅੱਜ ਸੰਡੇ ਹੈ ਨਾ, ਮਾਰਕੀਟ ਬੰਦ ਆ ਔਰ ਸ਼ਾਮ ਦੇ 7 ਵਜਣ ਵਾਲੇ ਆ। ਸ਼ਾਮ ਦੇ 7 ਵਜੇ ਦਾ ਕੁਝ ਵਿਊ ਇਦਾਂ ਦਾ ਹੈ। ਹਾਂਜੀ ਤੇ ਹੁਣ ਅਸੀਂ ਹੈਗੇ ਜੀ ਮੁਬਾਰਕਪੁਰ ਪਹੁੰਚੇ ਅਤੇ ਮੁਬਾਰਕਪੁਰ ਤੋਂ ਹੀ ਚਿੰਤਪੁਰਨੀ ਮਾਤਾ ਦਰਸ਼ਨ ਦੇਣੇ ਸ਼ੁਰੂ ਕਰ ਦਿੰਦੇ ਆ। ਦੇਖੋ ਜੀ ਕਿੱਡੀ ਵੱਡੀ ਸਕਰੀਨ ਲੱਗੀ ਹੋਈ ਆ ਮੁਬਾਰਕਪੁਰ ਦੀ ਮਾਰਕੀਟ ਔਰ ਬਿਲਕੁਲ ਚੌਂਕ ਦੇ ਵਿੱਚ ਮਾਤਾ ਦੀ ਜੈ ਹੋ ਜੈ ਹੋ। ਕਿੱਦਾਂ ਦਾ ਲੱਗਿਆ ਹੋਇਆ ਕਵਿਤਾ ਦਰਸ਼ਨ ਕਰਕੇ ਇੱਥੇ ਹੀ? ਬਹੁਤ ਵਧੀਆ ਲੱਗਾ। ਸਹੀ ਹੈ ਨਾ, ਲਾਸਟ ਟਾਈਮ ਵੀ ਆਪਾਂ ਦੇਖੇ ਸੀ ਬਟ ਰਿਕਾਰਡ ਨਹੀਂ ਹੋਇਆ, ਬਟ ਵੀਡੀਓ ਦੇ ਵਿੱਚ ਥੋੜੇ ਜਿਹੇ ਆਏ ਸੀਗੇ। ਸਹੀ ਹੈ ਨਾ, ਸਕਰੀਨ ਸਾਪਾ ਸੋਚਿਆ ਤੁਹਾਨੂੰ ਇੱਥੇ ਵੀ ਦਰਸ਼ਨ ਕਰਵਾ ਦਈਏ। ਤੇ ਆਹ ਕੁਛ ਹੈਗਾ ਜੀ ਮੁਬਾਰਕਪੁਰ ਦਾ ਚੌਂਕ, ਤੇ ਇੱਥੋਂ ਦੀ ਹੈਗਾ ਜੀ ਆਪਣਾ ਹੁਸ਼ਿਆਰਪੁਰ 31 ਕਿਲੋਮੀਟਰ ਗਗਰੇਡ 6 ਕਿਲੋਮੀਟਰ। ਤੇ ਇਸ ਟਾਈਮ ਆਰਤੀ ਹੋ ਰਹੀ ਆ, ਜਿਸ ਤਰੀਕੇ ਦੇ ਨਾਲ ਇੱਥੇ ਲੱਗ ਰਿਹਾ ਆ ਆਰਤੀ ਹੀ ਹੋ ਰਹੀ ਆ। ਜੈ ਮਾਤਾ ਦੀ। ਪਹਿਲੀ ਵਾਰੀ ਆਇਆ ਜੀ ਸ਼ਾਮ ਨੂੰ 7:15 ਦਾ ਟਾਈਮ ਹੈਗਾ ਔਰ ਬਹੁਤ ਹੀ ਵਧੀਆ ਮੌਸਮ ਆ, ਬੱਦਲ ਵੀ ਹੋਇਆ ਔਰ ਪੱਖ ਵੀ ਜਾ ਰਹੇ ਨੇ। ਬੈਕਗਰਾਊਂਡ ਦੇਖੋ ਜੀ ਸਾਡੇ ਪਿੱਛੇ ਕਿੰਨਾ ਵਧੀਆ। ਸ਼ਾਮ ਨੂੰ ਪਹਿਲੀ ਵਾਰੀ ਆਉਣ ਦਾ ਬਹੁਤ ਹੀ ਵਧੀਆ ਐਕਸਪੀਰੀਅੰਸ ਹੈ ਜੀ ਸਾਨੂੰ ਤਾਂ। ਕੀ ਬਾਤ ਹੈ, ਇੱਥੇ ਰਾਤ ਵਿਊ ਬਹੁਤ ਜ਼ਿਆਦਾ ਸੋਹਣਾ, ਹੋਰ ਅੱਧੇ ਪੌਣੇ ਘੰਟੇ ਤੱਕ ਰਾਤ ਹੋ ਜਾਣੀ ਆ। ਸਜੋਲਾ ਹੁਣ ਆਪਾਂ ਚੱਲਦੇ ਹਾਂ ਅੱਗੇ। ਲਾਈਟਿੰਗ ਹੋਈ ਆ ਉਹ ਤੁਹਾਨੂੰ ਦਿਖਾਉਂਦੇ ਹਾਂ।
आरती हो रही है, आरती और देखो जी आरती हो रही है, बस स्टैंड दे विच स्क्रीन लगी हुई है जी। चार तरीक दिन एतवार का टाइम है जी, रात का यार ट्रक इतने पहुंचे कि चढ़ाई चढ़ के तो साड़ी बस हो गई। इतना प्यारा था ना, चिंतपनी वाला पहुंचे
ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਤੇ ਰੁਮਾਲੀ ਰੋਟੀ ਉਹ ਬਣ ਰਹੀ ਹੈ ਜੀ ਅਸਲ ਚ ਮੈਮ ਸਾਨੂੰ ਮਿਲਿਆ ਜੀ ਮੈਡਮ ਹੈਗੇ ਜੀ ਪਠਾਨਕੋਟ ਦੇ ਮੈਡਮ ਕੀ ਨਾਮ ਹੈ ਜੀ ਆਪਣਾ ਸ਼ਿਖਾ ਸ਼ਿਖਾ ਮੈਡਮ ਹੈਗੇ ਸਾਡੇ ਨਾਲ ਅਤੇ ਤੁਹਾਡਾ ਕੀ ਨਾਮ ਹੈ ਗੁੱਡੂ ਇਹ ਪਠਾਨਕੋਟ ਦਾ ਬਹੁਤ ਵਧੀਆ ਲੱਗਿਆ ਮੈਨੂੰ ਮਿਲ ਕੇ ਐਡੀ ਦੂਰੋਂ ਸਾਡੇ ਵਲੌਗ ਦੇਖਦੇ ਆ ਅਤੇ ਐਡੀ ਦੂਰ ਦੇ ਸਬਸਕ੍ਰਾਈਬਰ ਸਾਨੂੰ ਮਿਲੇ ਬਹੁਤ ਹੀ ਅੱਛਾ ਲੱਗਿਆ ਜੀ ਜੈ ਮਾਤਾ ਜੀ ਜੈ ਮਾਤਾ ਦੀ ਭਾਈ ਸਾਨੂੰ ਮਿਲਿਆ ਜੀ ਸਿਰਸਾ ਤੋਂ ਹਰਿਆਣੇ ਤੋਂ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਪੁਨੀਤ ਪੁਨੀਤ ਜੀ ਆ ਸਾਡੇ ਵਲੌਗ ਦੇਖਦੇ ਆ ਅਤੇ ਅੱਜ ਸਾਨੂੰ ਮਿਲੇ ਆ ਚਿੰਤਪੁਰਨੀ ਅਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਅਤੇ ਸਰ ਕਦੋਂ ਤੋਂ ਦੇਖਦੇ ਸਾਡੇ ਵਲੌਗ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਪਿਛਲੇ ਸਾਲ ਤੋਂ ਹੀ ਦੇਖਿਆ ਸੀ ਮੈਂ ਜਦੋਂ ਉੱਥੇ ਆਇਆ ਸੀ ਉਸ ਤੋਂ ਪਹਿਲਾਂ ਠੀਕ ਹੈ ਅਤੇ ਇੱਦਾਂ ਸਾਡੇ ਵਲੌਗ ਦੇਖਦੇ ਰਹੋ ਅਤੇ ਸਾਨੂੰ ਇੱਦਾਂ ਹੀ ਸਪੋਰਟ ਕਰੋ ਅਤੇ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਸਾਰਾ ਭਾਈ ਰਾਮ ਰਾਮ ਦੇਖਿਓ ਸਿਰਸਾ ਹਰਿਆਣਾ ਤਾਂ ਸਹੀ ਹੈ ਜੀ ਬਹੁਤ ਵਧੀਆ ਸਬਸਕ੍ਰਾਈਬ ਕਰਿਓ ਭਾਈ ਨਾ ਹਰਿਆਣੇ ਤੋਂ ਸਾਡੇ ਪਹਿਲੇ ਸਬਸਕ੍ਰਾਈਬਰ ਜਿਹੜੇ ਸਾਨੂੰ ਮਿਲੇ ਆ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਹਰਿਆਣਾ ਵੀ ਭਰਾ ਸਕਦਾ ਠੀਕ ਹੈ ਜੀ ਅਤੇ ਲਓ ਜੀ ਚੈੱਕ ਕਰੋ ਚਿੰਤਪੁਰਨੀ ਮਾਤਾ ਜੀ ਦੇ ਬਾਹਰ ਜਿਹੜਾ ਬਾਜ਼ਾਰ ਹੈ ਇਸ ਵੇਲੇ ਰਾਤ ਨੂੰ ਸੱਜਿਆ ਹੋਇਆ ਨਰਾਤਿਆਂ ਤੋਂ ਇੱਕ ਦਿਨ ਪਹਿਲਾਂ ਦੀ ਰਾਤ ਦੀ ਰੌਣਕ ਚੈੱਕ ਕਰੋ ਜੀ ਬਾਕੀ ਅਸੀਂ ਆਈ ਜਾਣਾ ਆ ਹੋਰ ਤੁਹਾਨੂੰ ਨਰਾਤਿਆਂ ਦੇ ਮੇਲਿਆਂ ਦੀ ਜਿਹੜੀ ਚਿੰਤਪੁਰਨੀ ਮਾਤਾ ਦੀ ਵੀਡੀਓ ਦੇਖਣ ਨੂੰ ਮਿਲੂਗੀ ਫਿਲਹਾਲ ਅਸੀਂ ਇੱਕ ਦਿਨ ਪਹਿਲਾਂ ਆਏ ਨਰਾਤਿਆਂ ਤੋਂ ਪਹਿਲਾਂ ਵੀਡੀਓ ਬਣਾ ਰਹੇ ਹਾਂ ਲਓ ਸਾਢੇ ਅੱਠ ਹੋ ਰਹੇ ਆ ਅਤੇ ਅੱਜ ਰਸ਼ ਇੰਨਾ ਨਹੀਂ ਆ ਬਹੁਤ ਹੀ ਲਾਈਟ ਲਾਈਟ ਰਸ਼ ਦੇਖਣ ਨੂੰ ਮਿਲ ਰਿਹਾ ਆ ਅਤੇ ਜਾਂਦੇ ਹਾਂ ਹਾਂ ਕੱਲ੍ਹ ਤੋਂ ਹੋਏਗਾ ਰਸ਼ ਤੁਸੀਂ ਸਾਡੀ ਟਿੱਕਾ ਦੇਖ ਰਹੇ ਹੋਣੇ ਅਸੀਂ ਰਸਤੇ ਦੇ ਵਿੱਚ ਹੀ ਮੱਥਾ ਟੇਕ ਲਿਆ ਸੀ ਅਤੇ ਬਾਕੀ ਹੁਣ ਦੇਖਦੇ ਹਾਂ ਅੱਗੇ ਜਾ ਕੇ ਲਓ ਜੀ ਅਸੀਂ ਜਿੱਦਾਂ ਸੋਚਿਆ ਤਾਂ ਨਹੀਂ ਸੀਗਾ ਅਸੀਂ ਲੱਗੇ ਰਸ਼ ਹੋਣਾ ਵਾ ਪਰ ਨਹੀਂ ਅਸੀਂ ਜਾ ਰਹੇ ਹਾਂ ਜੀ ਦਰਸ਼ਨ ਕਰਨ ਹਾਂਜੀ ਅਤੇ ਅੱਜ ਰਸ਼ ਬਿਲਕੁਲ ਨਹੀਂ ਦੇਖਣ ਨੂੰ ਮਿਲ ਰਿਹਾ ਬਹੁਤ ਸਹੀ ਹੈ ਜੀ ਆਰਾਮ ਨਾਲ ਦਰਸ਼ਨ ਹੋ ਗਏ ਅੱਜ ਅੱਜ ਸਾਡੀ ਜਿਹੜੀ ਲਾਈਨ ਹੈ ਇੱਥੋਂ ਸਟਾਰਟ ਹੋਈ ਆ ਪੌੜੀਆਂ ਚੜ੍ਹ ਕੇ ਪਿੱਛੇ ਸਾਡੇ ਹਜੇ ਕੋਈ ਨਹੀਂ
माता रानी के दरबार से बहुत ज़्यादा सोहनी सजावट की गई है। सो मैं तो ये फस्ट टाइम देखी है नज़ारा सजावट, मतलब वीडियो के ही देखी है। इस बार फस्ट टाइम आप नवरात्रे स्टार्ट होने तो पहला एक दिन पहला ही आप पहुँचे। सो हम आप लाइन च लगे हुए हाँ। सो आप अच्छ दर्शन करवाने माता रानी जी के नवरात्रे स्टार्ट होने तो पहला। अज रात तो 12 बजे तो बाद नवरात्रा फस्ट नवरात्रा स्टार्ट हो जाना। सो तुसी भगतान का जोश देख सकते हो, इन्नी ज़्यादा एक्साइटमेंट है सारिया नू। तो तुसी सब वीडियो च बने रहो माता रानी के दर्शन करने लिए। ਸਿਮਰਨ
ਤੁਹਾਡਾ ਜੀ? ਮੇਰਾ ਨਾਮ ਆਰਤੀ ਹੈ, ਫਿਰੋਜ਼ਪੁਰ ਤੋਂ। ਅੱਛਾ, ਸਾਰੇ ਫਿਰੋਜ਼ਪੁਰ ਤੋਂ ਆ ਜੀ। ਬਹੁਤ ਵਧੀਆ ਲੱਗਾ ਜੀ ਮੈਨੂੰ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਸਾਡੀ ਹੋ ਰਹੀ ਹੈ ਜੀ ਵਾਪਸੀ। ਬੜੇ ਹੀ ਪਿਆਰੇ, ਬੜੀ ਅੱਛੇ, ਬੜੇ ਹੀ ਆਰਾਮ ਨਾਲ ਦਰਸ਼ਨ ਹੋਏ, ਮਾਤਾ ਨੇ ਦਰਸ਼ਨ ਦਿੱਤੇ ਸਾਨੂੰ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਤੁਸੀਂ ਦੱਸੋ, ਅੱਜ ਆਪਾਂ ਦਰਸ਼ਨ ਕਰਾਂਗੇ ਮਾਤਾ ਰਾਣੀ ਦੇ, ਪਰ ਅੱਜ ਦਰਸ਼ਨ ਹੋ ਗਏ। ਅੱਜ ਪਹਿਲੀ ਵਾਰੀ ਇੱਧਰੋਂ ਦੀ ਵਾਪਸੀ ਹੋ ਰਹੀ ਹੈ, ਨਹੀਂ ਤਾਂ ਹਰ ਟਾਈਮ ਇਹ ਦਰਵਾਜ਼ਾ ਬੰਦ ਹੀ ਹੁੰਦਾ। ਤਾਂ ਇੱਧਰੋਂ ਦੀ ਹੋ ਰਹੀ ਸਾਡੀ ਵਾਪਸੀ। ਲਾਈਨ ਲੰਬੀ ਨਹੀਂ ਸੀਗੀ ਰਾਤ ਦੇ ਟਾਈਮ, ਪਰ ਹੁਣ ਨਵਰਾਤਰਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰਸ਼ ਹੋਇਆ ਨਾ। ਸੋ ਇੱਕ ਦਿਨ ਪਹਿਲਾਂ ਦੀ ਵੀਡੀਓ ਹੈ, ਅੱਜ ਰਾਤ ਨੂੰ 12 ਵਜੇ ਤੋਂ ਬਾਅਦ ਫਸਟ ਨਵਰਾਤਰਾ ਸਟਾਰਟ ਹੋ ਜਾਣਾ। ਤਾਂ ਸਾਨੂੰ ਸਾਰਿਆਂ ਨੂੰ ਨਵਰਾਤਰੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਏ। ਮੇਰੇ ਵੱਲੋਂ ਵੀ ਤੁਹਾਨੂੰ ਨਵਰਾਤਰੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਚਲੋ ਹੁਣ ਆਪਾਂ ਚੱਲਦੇ ਹਾਂ। ਅਸੀਂ ਰੁਕੇ ਹਾਂ ਜੀ ਕਾਲਾ ਸਿੰਘਿਆ ਵਾਲਾ ਦੀ ਧਰਮਸ਼ਾਲਾ ਕਿੰਨੂ। ਹਾਂਜੀ, ਅਤੇ ਇੱਥੇ ਅਸੀਂ ਲੰਗਰ ਛਕਿਆ, ਟਾਈਮ ਕਾਫੀ ਹੋ ਗਿਆ ਸੀ। ਸੋ ਸਾਨੂੰ ਫੀਲ ਹੋਇਆ ਕਿ ਸਾਨੂੰ ਵੀ ਲੰਗਰ ਛਕਣਾ ਚਾਹੀਦਾ।